ਚਾਰਪਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਹੁਸ਼ਿਆਰਪੁਰ ਦੇ ਸ਼ਿਮਲਾ ਪਹਾੜੀ ਚੌਂਕ 'ਚ ਇੱਕ ਨੌਜਵਾਨ ਅਤੇ ਦੋ ਔਰਤਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਨੂੰ ਪੁਲਿਸ ਆਪਣੀ ਵੱਡੀ ਸਫਲਤਾ ਮੰਨ ਰਹੀ ਹੈ। ਹੁਣ ਵੇਖਣਾ ਇਹ ਹੈ ਕਿ ਨਸ਼ੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਿੰਨੀ ਕੁ ਠੱਲ ਪੈਂਦੀ ਹੈ। ਇਹਨਾਂ ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਕੈਨੀਅਨ ਆਫਰੀਕਨ ਕੰਟਰੀ ਹੈ, ਕੈਨੀਆ ਦੇ ਦੋ ਲੜਕੀ ਹੈ, ਸਾਨੂੰ ਗ੍ਰਿਫਤਾਰ ਕੀਤਾ ਹੈ, ਉਹਨਾਂ ਨਾਲ ਅੱਜ ਅਸੀਂ ਕੋਰਟ ਮੇਂ ਪੇਸ਼ ਕਰਾਂਗੇ ਅਤੇ ਫਰਦਰ ਰਿਮਾਂਡ। ਇਹਨਾਂ ਨੇ ਇਹ ਹੈਰਾਇਨ ਮਾਲ ਦਿੱਲੀ ਤੋਂ ਲੈ ਆਉਂਦੇ ਅਤੇ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਸਪਲਾਈ ਕਰਨਾ ਸੀਗਾ ਪੁਲਿਸ। ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਜਲੋਹਾ ਦੇ ਰਿਪੋਰਟ, ਚੈਨਲ 2।